G20 ਤੋਂ ਪਹਿਲਾਂ ਦਿੱਲੀ ਦੇ 5 ਮੈਟਰੋ ਸਟੇਸ਼ਨਸ ਤੇ ਲਿਖੇ ਗਏ ਹਨ ਖਾਲਿਸਤਾਨ ਪੱਖੀ ਨਾਰੇ। ਰਾਸ਼ਟਰੀ ਰਾਜਧਾਨੀ ਦਿੱਲੀ ਦੇ ਵਿੱਚ 9 ਤੇ 10 ਸਤੰਬਰ ਨੂੰ G20 ਸਿਖਰ ਸੰਮੇਲਨ ਆਯੋਜਿਤ ਹੋਣ ਵਾਲਾ ਹੈ। ਇਸ ਸੰਮੇਲਨ ਨੂੰ ਸਫਲ ਬਣਾਉਣ ਦੇ ਲਈ ਤਿਆਰੀਆਂ ਵੀ ਜ਼ੋਰਾਂ ਤੇ ਚੱਲ ਰਹੀਆਂ ਹਨ। ਇਸ ਦੇ ਵਿੱਚ ਦਿੱਲੀ ਦੇ 5 ਮੈਟਰੋ ਸਟੇਸ਼ਨਸ ਤੇ ਖਾਲਿਸਤਾਨ ਸੰਬੰਧੀ ਨਾਰੇ ਲਿਖੇ ਹੋਏ ਹਨ। ਇਹਨਾਂ ਨਾਰਿਆਂ ਦੇ ਵਿੱਚ ਦਿੱਲੀ ਬਣੇਗਾ ਖਾਲਿਸਤਾਨ ਅਤੇ ਖਾਲਿਸਤਾਨ ਜ਼ਿੰਦਾਬਾਦ ਲਿਖਿਆ ਗਿਆ ਹੈ। G20 ਸਿਖਰ ਸੰਮੇਲਨ ਤੋਂ ਠੀਕ ਪਹਿਲਾਂ ਇਸ ਘਟਨਾ ਦੇ ਨਾਲ ਦਿੱਲੀ ਦੇ ਵਿੱਚ ਹੜਕੰਪ ਮੱਚ ਗਿਆ ਹੈ। ਦਿੱਲੀ ਪੁਲਿਸ ਇਸ ਦੇ ਖਿਲਾਫ ਕਾਨੂੰਨੀ ਕਾਰਵਾਈ ਕਰ ਰਹੀ ਹੈ। ਇਸ ਤੋਂ ਇਲਾਵਾ ਖੁਫੀਆ ਏਜੰਸੀਆਂ ਨੇ ਵੀ ਜਾਂਚ ਸ਼ੁਰੂ ਕਰ ਦਿੱਤੀ ਹੈ। तकरीबन 11 बजे हमको नांगलोई थाने में इन्फॉर्मेशन मिली है कि ऐसे ऐसे कुछ स्लोगन्स लिखे हुए हैं मेट्रो स्टेशन के बाहर, तो हम अभी केस तुरंत उसमें केस रजिस्टर करके अब तफ्तीश हमने शुरू कर दिया। सर, क्या पहचान हो पाई अभी तक? अभी कर रहे हैं। सर, कितने मेट्रो स्टेशन पर लिखा हुआ था? अभी तक 4 हैं। तो सर, सीसीटीवी फुटेज में कुछ आया सर? अभी जांच कर रहे हैं। होर नवीं खबरां देखने के लिए सब्सक्राइब करो PBX News, द ऑफिशियल YouTube चैनल।